ahead of Ukraine visit, PM Modi says India supports peace in this region. Delighted by Modi's visit to Kyiv, says senior US official in charge of Ukraine's recovery. ਅਸੀਂ ਸਮਝਦੇ ਹਾਂ ਕਿ ਵੀ ਭਾਵੇਂ ਰਸ਼ੀਆ ਦੇ ਨਾਲ ਇੰਡੀਆ ਦੀ ਲੌਂਗ ਟਰਮ ਰਿਲੇਸ਼ਨਸ਼ਿਪ ਰਹੀ ਹੈ, ਬਟ ਦਿਸ ਇਜ਼ ਵੈਰੀ ਕੌਨਸੀਕੁਐਂਸ਼ਲ ਪੀਰੀਅਡ ਫਾਰ ਦਾ ਡਿਫੈਂਸ ਆਫ ਲਿਬਰਟੀ, ਫਰੀਡਮ ਐਂਡ ਦਾ ਰੂਲ ਆਫ ਦਾ ਲਾਅ। ਕੋਈ ਵੀ ਭਾਰਤ ਦਾ ਪ੍ਰਾਈਮ ਮਿਨਿਸਟਰ ਜਦੋਂ ਦਾ ਯੂਕਰੇਨ ਹੋਣ 'ਚ ਆਇਆ 1990 ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਕਦੇ ਯੂਕਰੇਨ ਦੇ ਦੌਰੇ 'ਤੇ ਨਹੀਂ ਗਿਆ। ਔਰ ਹੁਣ ਉਦੋਂ ਮੋਦੀ ਯੂਕਰੇਨ ਦੇ ਦੌਰੇ 'ਤੇ ਜਾ ਰਿਹਾ ਜਦੋਂ ਕਿ ਆਲਰੇਡੀ ਯੂਕਰੇਨ ਨੇ ਰਸ਼ੀਅਨ ਟੈਰੀਟਰੀ ਦੇ ਵਿੱਚ ਐਡਵਾਂਸ ਕਰਕੇ ਜਿਹੜਾ ਏਰੀਆ ਰਸ਼ੀਆ ਦਾ ਉਹਦੇ 'ਤੇ ਆਪਣਾ ਕਬਜ਼ਾ ਕੀਤਾ। ਜਿੱਦਣ ਮੋਦੀ ਪੁਤਿਨ ਦੀ ਬੁੱਕਲ 'ਚ ਬੈਠਾ ਸੀ, ਉਦਣ ਉਹਨਾਂ ਨੇ ਕੀਵ ਦੇ ਹਸਪਤਾਲਾਂ 'ਤੇ ਔਰ ਬੱਚਿਆਂ ਦੇ ਨੂੰ ਵੀ ਮਰਡਰ ਕੀਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਹ ਇੱਕ ਅੱਧੇ ਦਿਨ 'ਚ ਰਸ਼ੀਆ ਜਿਹੜਾ ਕਾਊਂਟਰ ਅਟੈਕ ਕਰ ਸਕਦਾ ਜਦੋਂ ਮੋਦੀ ਉੱਥੇ ਬੈਠਾ ਹੋਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਡਰਾਮੇਬਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਲੈਂਡ ਅਤੇ ਯੂਕਰੇਨ ਦੇ ਦੌਰੇ 'ਤੇ ਹੈ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਅਮਰੀਕਾ ਨੇ ਮੋਦੀ ਦੀ ਟਿੱਬਰੀ ਜਿਹੜੀ ਹੈ ਚੰਗੀ ਤਰ੍ਹਾਂ ਟਾਈਟ ਕੀਤੀ ਹੈ, ਜਿਸ ਕਰਕੇ ਉਸਨੇ ਯੂਕਰੇਨ ਦਾ ਦੌਰਾ ਕਰਨ ਦਾ ਫੈਸਲਾ ਲਿਆ ਹੈ। ਸੋ ਮੋਦੀ ਦਾ ਸਾਨ ਹੋਣ ਤੋਂ ਲੈ ਕੇ ਗਾਂ ਦੇ ਜਾਏ ਤੱਕ ਦਾ ਜਿਹੜਾ ਸਫ਼ਰ ਹੈ ਉਹ ਬੜਾ ਹੀ ਦਿਲਚਸਪ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਜਿਹੜਾ ਤੁਸੀਂ ਲਾਸਟ ਕਮੈਂਟ ਕੀਤਾ ਹੈ ਕਿ ਬਈ ਸਾਨ ਤੋਂ ਗਊ ਦਾ ਸਫ਼ਰ, ਗਊ ਦੇ ਜਾਏ, ਇਹ ਪੰਜਾਬੀ ਦਾ ਇੱਕ ਬੜਾ ਖੂਬਸੂਰਤ ਤਰੀਕਾ ਹੈ ਕਿਸੇ ਦੇ ਬਿਹੇਵੀਅਰ ਨੂੰ ਡਿਸਕ੍ਰਾਈਬ ਕਰਨ ਦਾ, ਕਿ ਜਿਹੜਾ ਬੰਦਾ ਬੜਾ ਬੜਕਾ ਮਾਰੇ, ਬੜੇ ਚੜ੍ਹ ਚੜ੍ਹ ਕੇ ਗੱਲਾਂ ਕਰੇ ਔਰ ਦੂਸਰੇ ਨੂੰ ਜਿਹੜਾ ਉਹ ਧਮਕੀਆਂ ਦੇ ਔਰ ਸਾਨ ਵਾਂਗ ਬਿਹੇਵ ਕਰੇ, ਔਰ ਜਿਹਨਾਂ ਨੂੰ ਪਤਾ ਵੀ ਸਾਨ ਜਦੋਂ ਬਿਲਕੁਲ ਭੁੜਕਿਆ ਹੁੰਦਾ ਜਾਂ ਪੂਰਾ ਉਹ ਮਸਤਿਆ ਹੁੰਦਾ ਅਤੇ ਫਿਰ ਜਿਹੜੀ ਸਾਨਾਂ ਦੀ ਲੜਾਈ ਹੈ, ਉਹ ਸਾਨ ਸਾਨ ਦੇ ਨਾਲ ਜਦੋਂ ਫਸਦਾ ਫਿਰ ਕੀ ਹੁੰਦਾ, ਉਹਦੇ 'ਚੋਂ ਵੀ ਕਿੰਨੇ ਅਖਾਣ ਨੇ ਕਿ ਜੀ ਇਹ ਸਾਨਾਂ ਦੇ ਭੇਡ 'ਚ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਸਾਂਡ ਆਪਸ 'ਚ ਲੜਦੇ ਨੇ ਅਤੇ ਉਹ ਫਿਰ ਇੰਨੇ ਜ਼ੋਰ ਜ਼ੋਰ ਦਾ ਹੁੰਦਾ ਵੀ ਪਤਾ ਨਹੀਂ ਕਿੱਧਰ ਨੂੰ ਉਹਨਾਂ ਨੇ ਜਾਣਾ, ਤਾਂ ਜਿਹੜਾ ਕੋ ਆਲੇ ਦੁਆਲੇ ਆਇਆ ਉਹ ਵੀ ਉਹਦੇ ਵਿੱਚ ਕੁਚਲਿਆ ਜਾਂਦਾ। ਪਰ ਇੱਥੇ ਅਸੀਂ ਸਾਨਾਂ ਦਾ ਭੇਡ ਨਹੀਂ ਹੈ, ਸਾਨਾਂ ਦਾ ਭੇਡ ਤਾਂ ਜਿਹੜਾ ਉਹ ਦੋ ਵੱਡੀਆਂ ਪਾਵਰ ਜਿਹੜੀਆਂ ਰੀਅਲ ਪਾਵਰਸ ਹੋਣ ਉਹਨਾਂ ਦੇ ਟਕਰਾਅ 'ਚੋਂ ਹੀ ਨਿਕਲਦਾ। ਲੇਕਿਨ ਇਹ ਉਹ ਹੈ ਕਿ ਵੀ ਦਬਕਾ ਮਾਰਿਆ, ਬੜਕ ਮਾਰੀ ਕਿ ਜੀ ਅਸੀਂ ਸਾਨ ਹੁੰਦੇ ਹਾਂ, ਤਾਂ ਜਦੋਂ ਅਗਲੇ ਨੇ ਜੁੱਤੀ ਫੜ ਲਈ ਫਿਰ ਹੱਥ ਜੋੜ ਕੇ ਜੀ ਗਊ ਦੇ ਜਾਏ। ਹੁਣ ਹੈ ਤਾਂ ਇੱਕੋ ਹੀ ਟਰਮ ਹੈ, ਕਿਉਂਕਿ ਜਿਹੜਾ ਸਾਨ ਹੈ, ਔਕਸ ਹੈ, ਜ਼ਾਹਰ ਹੈ ਵੀ ਗਾਂ ਦਾ ਜਾਇਆ ਹੀ ਹੈ। ਲੇਕਿਨ ਇਹ ਇਸ ਟ੍ਰੇਟ ਨੂੰ ਜਾਂ ਇਸ ਕਰੈਕਟਰ ਨੂੰ ਬ੍ਰਾਹਮਣ ਤੋਂ ਬਿਹਤਰ ਕੋਈ ਨਹੀਂ ਜਾਣਦਾ, ਕੋਈ ਨਹੀਂ ਸਮਝਦਾ ਜਾਂ ਕਿਸੇ ਨੇ ਨਹੀਂ ਅਪਣਾਇਆ ਹੋਇਆ। ਔਰ ਜੇ ਤੁਸੀਂ ਕੁੱਲ ਮਿਲਾ ਕੇ ਜਦੋਂ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ, ਸੋ ਸਾਡੇ ਇੱਧਰਲੇ ਜਿਹੜੇ ਭਾਰਤੀ ਕਬਜ਼ੇ ਦੇ ਵਾਲੇ ਪੰਜਾਬ ਦੇ ਵੀਰ ਭੈਣਾਂ ਤਾਂ ਸਮਝਦੇ ਨੇ, ਕਈ ਵਾਰ ਸਾਡੇ ਲਹਿੰਦੇ ਪੰਜਾਬ ਵਾਲਿਆਂ ਨੇ ਪੁੱਛਿਆ ਵੀ ਹੈ ਕਿ ਵੀ ਇਹ ਕੀ ਨੇ। ਔਰ ਇਹਦੇ 'ਚ ਜਿਹੜਾ ਪਹਿਲਾ ਹਥਿਆਰ ਹੀ ਹੈ ਬ੍ਰਾਹਮਣ ਦੀ ਨੀਤੀ ਦਾ, ਚਾਣਕਿਆ, ਕਿਉਂਕਿ ਜਿਸ ਚਾਣਕਿਆ ਨੇ, ਜਿਸ ਦਾ ਨਾਂ ਵਿਸ਼ਨੂੰ ਗੁਪਤ ਹੈ, ਜਿਸ ਦਾ ਕੌਟਲਿਆ ਜਿਸ ਦਾ ਨਾਂ ਹੈ, ਔਰ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਪਾਲਿਸੀ ਮੇਕਰ ਬੈਠਦੇ ਨੇ, ਉਸ ਸੜਕ ਦਾ ਨਾਂ ਵੀ ਕੌਟਲਿਆ ਮਾਰਗ ਹੈ, ਉਸ ਸੜਕ ਦਾ ਔਰ ਉਸ ਇਲਾਕੇ ਦਾ ਨਾਂ ਚਾਣਕਿਆਪੁਰੀ ਹੈ। ਇਹਨਾਂ ਦਾ ਸਾਰਾ ਜਿਹੜਾ ਥਾਟ ਹੈ ਚਾਣਕਿਆ ਦੇ ਉੱਤੇ,
ਜਿਹੜਾ ਤਕਸਲਾ ਯੂਨੀਵਰਸਿਟੀ ਜਿਹੜੀ ਕਿਸੇ ਜ਼ਮਾਨੇ 'ਚ ਫੇਵਰੇਟ ਸੀ ਉਸ ਦੇ ਵਿੱਚ ਪੜ੍ਹਾਉਂਦਾ ਵੀ ਸੀ ਔਰ ਇਨਫੈਕਟ ਜਿਹੜਾ ਵਿਸ਼ਨੂੰ ਗੁਪਤਾ ਨਾਂ ਦੇ ਥੱਲੇ ਜੀਣ ਵਾਲਾ ਔਰ ਇਹਨੇ ਕਿਵੇਂ ਉਹ ਸਾਰਾ ਅਰਥ ਸ਼ਾਸਤਰ ਜਿਹੜਾ ਔਰ ਇਹ ਸ਼ੈਤਾਨੀ ਦਾ ਗ੍ਰੰਥ ਉਹਦਾ ਅਰਥ ਸ਼ਾਸਤਰ ਮੈਕੀਆ ਵੈਲੀ ਜਦੋਂ ਪੱਛਮ ਦੇ ਵਿਦਵਾਨ ਗੱਲ ਕਰਨਗੇ ਕਿਸੇ ਸ਼ਰਾਰਤ ਸ਼ੈਤਾਨੀ ਦੀ ਜੋ 15ਵੀਂ ਸਦੀ ਦੇ ਮੈਕੀਆ ਵੈਲੀ ਦੀ ਗੱਲ ਕਰਨਗੇ ਕਿ ਇਹ ਮੈਕੀਆ ਵੈਲੀਅਨ ਟੈਕਟਿਕ ਹੈ ਲੇਕਿਨ ਮੈਕੀਆ ਵੈਲੀ ਦਾ ਉਹਦੇ ਸਾਹਮਣੇ ਨਿਆਣਾ ਕੀ ਨਿਆਣੇ ਦਾ ਵੀ ਨਿਆਣਾ ਅਤੇ ਚਾਣਕਿਆ ਦਾ ਜਦੋਂ ਅਰਥ ਸ਼ਾਸਤਰ 'ਚ ਉਹਦੀ ਨੀਤੀ ਨੂੰ ਬਿਆਨਿਆ ਜਾਂਦਾ ਅਤੇ ਇਹ ਚਾਰ ਹਥਿਆਰ ਔਰ ਤੁਸੀਂ ਇਹ ਇਮੈਜਿਨ ਕਰੋ ਕਿ ਉਹਨਾਂ ਜ਼ਮਾਨਿਆਂ 'ਚ ਹੰਡਰਡਸ ਆਫ ਈਅਰਸ ਐਗੋ ਚਾਣਕਿਆ ਨੇ ਇਹ ਕਿਹਾ ਕਿ ਦੁਸ਼ਮਣ ਨੂੰ ਡਿਫੀਟ ਕਰਨ ਦੇ ਲਈ ਜਾਂ ਆਪਣੀ ਸਰਵਾਈਵਲ ਦੇ ਲਈ ਚਾਰ ਹਥਿਆਰ ਜਿਹੜੇ ਨੇ ਉਹ ਪ੍ਰੋਮੀਨੈਂਟਲੀ ਜਿਹੜੇ ਰੂਲਰ ਨੇ ਉਹਨਾਂ ਨੂੰ ਵਰਤਣੇ ਚਾਹੀਦੇ ਨੇ ਔਰ ਪਹਿਲਾ ਉਹਦੇ 'ਚ ਸਾਮ ਹੈ ਸਾਮ ਜਿਹੜਾ ਉਹ ਸ਼ਰਨ 'ਚ ਜਾਣਾ ਕਹਿੰਦੇ ਨੇ ਜਿਹਨੂੰ ਅਸੀਂ ਸਧਾਰਨ ਪੰਜਾਬੀ 'ਚ ਕਹਿੰਦੇ ਹਾਂ ਕਿ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ ਅਤੇ ਜਦੋਂ ਲੋੜ ਲੰਘ ਜਾਏ ਫਿਰ ਪਿਓ ਨੂੰ ਗਧਾ ਕਹਿਣਾ ਸ਼ੁਰੂ ਕਰ ਦਿਓ ਸੋ ਇਹ ਈਵਨ ਗੁਰਬਾਣੀ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਥੱਕ ਆਏ ਪ੍ਰਭ ਕੀ ਸਾਮ ਕਿ ਅਸੀਂ ਉਹਦੀ ਸ਼ਰਨ 'ਚ ਆ ਗਏ ਸੋ ਇਹ ਬ੍ਰਾਹਮਣ ਦਾ ਹਥਿਆਰ ਔਰ ਇਹ ਜੇ ਤੁਸੀਂ ਇਹਨਾਂ ਦੀ ਸਰਵਾਈਵਲ ਦੇਖੋ ਔਰ ਜਦੋਂ ਇਹ ਕਿਹਾ ਜਾਂਦਾ ਕਿ ਭਾਈ 800 ਸਾਲ ਜਿਹੜੇ ਨੇ ਮੁਹੰਮਦ ਬਿਨ ਕਾਸਿਮ ਤੋਂ ਅਖੀਰ ਔਰੰਗਜ਼ੇਬ ਦੇ ਐਂਡ ਤੱਕ 700-800 ਸਾਲ ਦਾ ਮੁਸਲਿਮ ਰਾਜ ਦਾ ਪੀਰੀਅਡ ਅੱਡ ਅੱਡ ਹਾਕਮਾਂ ਰਾਹੀਂ ਅੱਡ ਅੱਡ ਡਾਇਨੈਸਟੀ 200 ਸਾਲ ਅੰਗਰੇਜ਼ਾਂ ਦੇ ਕਿ 1000 ਸਾਲ ਦੀ ਗੁਲਾਮ ਇਹਨਾਂ ਨੇ ਸਰਵਾਈਵ ਕਿਵੇਂ ਕੀਤਾ ਮੁਗਲਾਂ ਦੇ ਵੀ ਪੈਰਾਂ ਹੀ ਫੜ ਲਏ ਦਿਲੀਸ਼ਵਰੋ ਈਸ਼ਵਰੋ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ ਔਰ ਉਹਨਾਂ ਦੀ ਪੂਜਾ ਔਰ ਦੂਜੀ ਕਰਨ ਲੱਗ ਗਏ ਔਰ ਇਹਨਾਂ ਦੇ ਬ੍ਰਾਹਮਣਾਂ ਦੀ ਨੀਅਤ ਹੁਣ ਇੱਕ ਸਟੇਜ ਦੇ ਉੱਤੇ ਜਿਸ ਔਰੰਗਜ਼ੇਬ ਨੂੰ ਜਿਹੜਾ ਹੁਣ ਉਹਦੇ ਨਾਂ ਦੀਆਂ ਸੜਕਾਂ ਵੀ ਬਦਲਣ 'ਤੇ ਲੱਗੇ ਹੋਏ ਨੇ ਔਰੰਗਜ਼ੇਬ ਦੀ 1/3 ਫੌਜ 1/3 ਆਰਮੀ ਰਾਜਪੂਤਾਂ ਦੀ ਸੀ ਜੇ ਇਸ ਨੂੰ ਵੱਡੇ ਵੱਡੇ ਜਿਹੜੇ ਅੱਜ ਦੇ ਬੜੇ ਬਣੇ ਹੋਏ ਨੇ ਕੋਈ ਕੰਗਣਾ ਰਣੌਤ ਨਿਕਲ ਆਈ ਹੈ ਤਾਂ ਕੋਈ ਜਿਹੜੇ ਨੇ ਰਾਜਪੂਤੀ ਪ੍ਰਾਈਡ ਇਹਨਾਂ ਦਾ ਨਿਕਲ ਆਇਆ ਇਹ ਇਹਨਾਂ ਦੇ ਤਾਂ ਹਰ ਮੁਗਲ ਬਾਦਸ਼ਾਹ ਦੇ ਹਰਮ ਦੇ ਵਿੱਚ ਇੱਕ ਰਾਜਪੂਤਨੀ ਸੀ ਜਿਹੜੀ ਉਹਨਾਂ ਨੇ ਆਪ ਤੋਰੀ ਹੋਈ ਸੀ ਉਹ ਕੱਢ ਕੇ ਤਾਂ ਨਹੀਂ ਸੀ ਲਿਆਏ ਔਰ ਇਹ ਜਿਹੜਾ ਉਹਨੂੰ ਕਹਿੰਦੇ ਹੀ ਮੁਗਲ ਰਾਜਪੂਤ ਰਾਜ ਸੀ ਔਰ 1/3 ਫੌਜ ਜਿਹੜੀ ਆ ਔਰੰਗਜ਼ੇਬ ਦੀ ਉਹ ਰਾਜਪੂਤਾਂ 'ਤੇ ਬਣੀ ਹੋਈ ਸੀ ਸੋ ਇਹ ਥੱਕ ਆਏ ਪ੍ਰਭ ਕੀ ਸਾਮ ਇਹੀ ਹੈ ਕਿ ਭਾਈ ਤੁਸੀਂ ਕਹੋ ਕਿ ਭਾਈ ਇਹ ਤਾਂ ਅਸੀਂ ਇਸ ਦਾ ਹਿੱਸਾ ਹੀ ਹੈ ਉਹਦੇ 'ਚ ਉਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਨੇ ਭਵਿਸ਼ਯ ਪੁਰਾਣ ਦੇ ਵਿੱਚ ਵੀ ਵਾੜ ਦਿੱਤੀਆਂ ਸੀ ਹੁਣ ਦੂਸਰਾ ਦਾਮ ਹੈ ਦਾਮ ਹੈ ਕਿ ਭਾਈ ਹਰ ਬੰਦੇ ਦੀ ਕੋਈ ਕੀਮਤ ਹੈ ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ ਹਰ ਕੋਈ ਵਿਕਣ ਲਈ ਤਿਆਰ ਹੈ ਤੁਸੀਂ ਉਹਦੀ ਕੀਮਤ ਪਾਓ ਮਤਲਬ ਇਹ ਹੈ ਕਿ ਵੀ ਆਪਣੇ ਵਿਰੋਧੀ ਨੂੰ ਜਾਂ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਪ੍ਰਭਾਵਸ਼ਾਲੀ ਹੈ ਕੱਲ੍ਹ ਨੂੰ ਤੁਹਾਡਾ ਨੁਕਸਾਨ ਕਰ ਸਕਦਾ ਉਸ ਨੂੰ ਖਰੀਦ ਲਓ ਔਰ ਇਹ ਸਰ ਕਪੂਰ ਸਿੰਘ ਹੋਰਾਂ ਨੇ ਠੀਕ ਲਿਖਿਆ ਜਦੋਂ ਉਹਨਾਂ ਨੇ ਕਿਹਾ ਕਿ ਭਾਈ ਹਰ ਬੰਦੇ ਦੀ ਕੀਮਤ ਹੈ ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਹੁੰਦੇ ਨੇ ਉਹਨਾਂ ਲਈ ਜੇਲ੍ਹਾਂ ਹੁੰਦੀਆਂ ਉਹਨਾਂ ਦੇ ਲਈ ਟੋਰਚਰ ਹੁੰਦਾ ਉਹ ਅਸੀਂ ਅੱਜ ਦੇ ਕੰਟੈਕਸਟ 'ਚ ਵੀ ਦੇਖੀਏ ਕਿ ਭਾਈ ਜਿਨ੍ਹਾਂ ਨੇ ਆਪਣੇ ਮੁੱਲ ਪੁਆਏ ਨੇ ਆਪਣੇ ਸਿੱਖ ਪੋਲੀਟਿਕਸ ਦੇ ਵਿੱਚ ਵੀ ਆ ਬਾਦਲ ਟੋਲਾ ਜਾਂ ਅਖੌਤੀ ਬਾਗੀ ਅਤੇ ਦੂਜੇ ਤੀਜੇ ਸਭ ਨੇ ਜਿਨ੍ਹਾਂ ਨੇ ਆਪਣੇ ਮੁੱਲ ਪੁਆਏ ਹੋਏ ਨੇ ਅਤੇ ਜਿਹੜੇ ਜਗਤਾਰ ਸਿੰਘ ਹਵਾਰਾ ਤੋਂ ਲੈ ਕੇ ਜਿਹੜੇ ਖਾਲਿਸਤਾਨੀ ਐਕਟੀਵਿਸਟ ਜਾਂ ਈਵਨ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਜਿਹੜੇ ਨੇ ਜੇ ਅੱਜ NSA ਔਰ ਦੂਜੇ ਲੱਗੇ ਨੇ ਜਿੱਦਣ ਇਹਨਾਂ ਨੂੰ ਲੱਗਾ ਕਿ ਵੀ ਇਹ ਹੁਣ ਝੁੱਕ ਗਿਆ ਜਾਂ ਉਸ ਲਾਈਨ ਦੇ ਉੱਤੇ ਹੋਰ ਵੀ ਇਹਨਾਂ ਨੂੰ 30-30 ਸਾਲ ਤੋਂ ਜੇਲ੍ਹਾਂ 'ਚ ਬੈਠੇ ਹੋਏ ਨੇ ਅਤੇ ਉਹਨਾਂ ਨੂੰ ਜਿਹੜਾ ਉਹ ਫਿਰ ਸਰਕਾਰ ਮੂੰਹ ਮੰਗਿਆ ਉਹਦੀ ਕੀਮਤ ਦਿੰਦੀ ਹੈ ਇਹ ਚਾਣਕਿਆ ਨੇ ਕਿਹਾ ਵੀ
ਇਹ ਪੈਸਾ ਇੱਕ ਐਸੀ ਤਾਕਤ ਹੈ ਜਿਹਦੇ ਸਾਹਮਣੇ ਗੋਲੀ ਸਾਹਮਣੇ, ਸਾਡੇ ਇੱਕ ਬਜ਼ੁਰਗ ਸੀ ਵਰਜੀਨੀਆ, ਉਹ ਕਹਿੰਦਾ ਸੀ ਗੋਲੀ ਸਾਹਮਣੇ ਖਲੋਣ ਵਾਲੇ ਮਿਲ ਜਾਣਗੇ, ਆ ਸਾਰੇ ਫੌਜੀ ਵਿਚਾਰੇ ਇੱਕ ਜ਼ਮਾਨੇ 'ਚ ਅੰਗਰੇਜ਼ਾਂ ਦੀ 9 ਰੁਪਏ ਮਹੀਨੇ ਦੀ ਤਨਖਾਹ ਥੱਲੇ ਮਰਨ ਨੂੰ ਤਿਆਰ ਹੁੰਦੇ ਸੀ, ਪਰ ਉਹ ਕਹਿੰਦੇ ਸੀ ਪੈਸੇ ਮੂਹਰੇ ਕੋਈ ਕੋਈ ਖਲੋਂਦਾ, ਇਹ ਦੂਜਾ ਉਹਦਾ ਹਥਿਆਰ ਹੈ ਕਿ ਖਰੀਦ ਲਓ, ਬਿਲਕੁਲ ਦੰਡ ਪਨਿਸ਼ਮੈਂਟ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਤੁਹਾਡੀ ਪਨਿਸ਼ਮੈਂਟ ਉਹ ਹੋਏ ਜਿਹੜੀ ਬਾਕੀਆਂ ਦੇ ਵਿੱਚ ਚਿਲ ਡਾਊਨ ਦਾ ਸਪਾਈਨ ਕਰੇ, ਭਾਵੇਂ ਪੁੱਠੇ ਲਟਕਾ ਦਿਓ, ਟੋਰਚਰ ਕਰੋ, ਜੋ ਵੀ ਤੁਸੀਂ ਕਰ ਸਕਦੇ ਹੋ ਸਖ਼ਤ ਤੋਂ ਸਖ਼ਤ ਦੰਡ ਦਿਓ ਆਪਣੇ ਵਿਰੋਧੀ ਜਾਂ ਵੈਰੀ ਦੇ ਨਾਲ, ਕੋਈ ਦਇਆ ਭਾਵ ਨਾ ਰੱਖੋ, ਕੋਈ ਕੰਪੈਸ਼ਨ ਆ ਦੀ ਚੀਜ਼ ਨਹੀਂ, ਬਿਲਕੁਲ ਜਿਹੜਾ ਉਹਨਾਂ ਦੇ ਨਾਲ ਕਰੂਅਲ ਹੋ ਕੇ ਡੀਲ ਕਰੋ। ਅਤੇ ਅਖੀਰਲਾ ਉਹਦਾ ਹਥਿਆਰ ਭੇਦ, ਜਦੋਂ ਅੱਜ ਵੀ ਜਦੋਂ ਇਹ ਅਖਾਣ ਉਰਦੂ ਹਿੰਦੀ ਪੰਜਾਬੀ 'ਚ ਇਸਤੇਮਾਲ ਹੁੰਦਾ, ਘਰ ਕਾ ਭੇਤੀ ਲੰਕਾ ਟਾਏ। ਹੁਣ ਜੇ ਰਾਵਣ ਹੈ ਤਾਂ ਰਾਵਣ ਦਾ ਭਰਾ ਉਹਨੂੰ ਖਰੀਦ ਲਓ ਵੀ ਰਾਜ ਤੁਹਾਨੂੰ ਦਿਆਂਗੇ, ਤੇ ਤੂੰ ਸਾਨੂੰ ਭੇਤ ਦੱਸ ਅੰਦਰਲੀ ਕਹਾਣੀ ਕੀ ਹੈ, ਔਰ ਉਸ 'ਚੋਂ ਤੁਸੀਂ ਫਿਰ ਆਪਣਾ ਕਰੋ। ਹੁਣ ਇਹ ਜਿਹੜੇ ਚਾਰੋ ਹਥਿਆਰ ਨੇ ਇਹ ਅੱਜ ਵੀ ਜਦੋਂ ਅਸੀਂ ਇਹਨਾਂ ਦੀ ਮੋਦੀ ਸਰਕਾਰ ਔਰ ਦੂਸਰੀ ਉਹਨਾਂ ਨੇ ਉਹ ਪੰਜਾਬ ਹੋਏ, ਕਸ਼ਮੀਰ ਹੋਏ, ਮਨੀਪੁਰ ਹੋਏ ਔਰ ਬਾਕੀ ਸਾਰੇ ਨੇਬਰਹੁੱਡ ਦੇ ਵਿੱਚ ਹੋਏ, ਔਰ ਇੰਟਰਨੈਸ਼ਨਲ ਪੋਲੀਟਿਕਸ 'ਚ ਵੀ ਉਹਨਾਂ ਨੇ ਇਹ ਖੇਡ ਖੇਡਣ ਦੀ ਕੋਸ਼ਿਸ਼ ਕੀਤੀ। ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਹੈ, ਕ੍ਰਾਈਮ ਹੈ ਜਿਹੜਾ ਇਹਨਾਂ ਨੇ ਕੀਤਾ, ਇਹ ਪਨਿਸ਼ਮੈਂਟ ਦਾ ਉਹ ਲੈਵਲ ਹੈ ਕਿ ਭਾਈ ਈਵਨ ਭਾਵੇਂ ਤੁਸੀਂ 13,000 ਮੀਲ ਦੂਰ ਚਲੇ ਗਏ ਹੋ, ਜੇ ਤੁਹਾਡੇ 'ਚੋਂ ਬੋਹ ਆਉਂਦੀ ਹੈ ਕਿ ਵੀ ਤੁਸੀਂ ਕੱਲ੍ਹ ਨੂੰ ਦੇਸ਼ ਦੇ ਜਿਹੜਾ ਭਾਰਤ ਦੇ ਲਈ ਖਤਰਾ ਹੋ ਤਾਂ ਐਲੀਮੀਨੇਟ ਕਰ ਦਿਓ। ਔਰ ਇਹੀ ਜਿਹੜੀ ਹੈ ਨੀਤੀ, ਇਹਨੂੰ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਇਹ ਕਿਹਾ ਸੀ, ਮੈਂ ਕਿਹਾ ਵੀ ਇਹ ਬਜ਼ੁਰਗਾਂ ਦੀ ਇੱਕ ਜਿਹੜੀ ਹੈ ਉਹ ਗੱਲ ਕਹੀ ਹੋਈ ਰਹੀ ਹੈ ਹਮੇਸ਼ਾ ਹੀ ਕਿ ਜੀ ਜਿਹੜਾ 2 ਬੇੜੀਆਂ 'ਤੇ ਪੈਰ ਧਰਦਾ ਉਹ ਡੁੱਬਦਾ, ਜਾਂ ਇਹ ਵੀ ਹੈ ਕਿ 2 ਘਰਾਂ ਦਾ ਪੁਰਾਣਾ ਭੁੱਖਾ ਰਹਿੰਦਾ। ਹੁਣ ਇਹਦੇ 'ਚ ਵਿਜ਼ਡਮ ਆਫ ਦਾ ਏਜਿਸ ਹੈ। ਹੁਣ ਇਹਨਾਂ ਨੇ ਇਹ ਸਮਝਿਆ ਸੀ ਕਿ ਵੀ ਇੱਕੋ ਵੇਲੇ ਅਸੀਂ ਅਮਰੀਕਾ ਦਾ ਵੀ ਨਾਲ ਸਟ੍ਰੈਟਜਿਕ ਪਾਰਟਨਰ ਬਣ ਕੇ ਅਤੇ ਇੱਥੋਂ ਵੀ ਹਲਵਾ ਮਾਂਡਾ ਚੱਲਦਾ ਰਹੇਗਾ, ਰੂਸ ਦੇ ਨਾਲ ਵੀ ਜਿਹੜਾ ਉਹਨਾਂ ਦਾ ਅਸੀਂ ਕਰੂਡ ਆਇਲ ਅਤੇ ਦੂਜਾ ਬਾਏ ਕਰੀ ਜਾਵਾਂਗੇ, ਸੈਂਕਸ਼ਨ ਨੂੰ ਫਲਾਊਟ ਕਰਾਂਗੇ, ਐਸ 400 ਦੂਜੇ ਜਿਹੜੇ ਨੇ ਮਿਸਲ ਸਿਸਟਮ ਵੀ ਲੈ ਲਿਆ, ਸੈਂਕਸ਼ਨ ਤੋਂ ਵੀ ਬਚ ਗਏ, ਈਰਾਨ ਦੇ ਨਾਲ ਵੀ ਭਾਵੇਂ ਉਹਨਾਂ ਦੀਆਂ ਕੰਪਨੀਆਂ 'ਤੇ ਸੈਂਕਸ਼ਨ ਲਾਈ ਹੋਈ ਹੈ ਅਮਰੀਕਾ ਨੇ, ਅਸੀਂ ਕਰੂਡ ਆਇਲ ਔਰ ਦੂਜਾ ਔਰ ਅਸੀਂ ਵੀ ਵਿਲ ਗੈਟ ਅਵੇ ਵਿਦ ਇਟ, ਜਿਹਨੂੰ ਸਾਦਾ ਪੰਜਾਬੀ 'ਚ ਕਹਿਣਾ ਹੋਵੇ। ਪਰ ਮੈਨੂੰ ਇਹ ਲੱਗਦਾ ਵੀ ਹੁਣ, ਔਰ ਇਹੀ ਕਾਰਨ ਸੀ ਕਿ ਜਦੋਂ ਐਸ ਜੈਸ਼ੰਕਰ ਨੂੰ ਬਾਹਰਲਾ ਮੀਡੀਆ ਕਹਿੰਦਾ ਸੀ ਜੀ ਤੁਸੀਂ ਜਿਹੜਾ ਉਹ ਫਲਾਊਟ ਕਰ ਰਹੇ ਹੋ, ਤੁਸੀਂ ਤਾਂ ਰਸ਼ੀਆ ਤੋਂ ਆਇਲ ਬਾਏ ਕਰਕੇ ਫਿਰ ਉਹਨੂੰ ਪ੍ਰੋਸੈਸ ਕਰਕੇ ਵਾਪਸ ਕਰ ਰਹੇ ਹੋ, ਇਹ ਆਵਰ ਇੰਡੀਪੈਂਡੈਂਟ ਫੋਰਨ ਪਾਲਿਸੀ, ਅਸੀਂ ਕਿਸੇ ਦੀ ਪਰਵਾਹ ਥੋੜ੍ਹੀ ਕਰਦੇ ਹਾਂ, ਤੁਸੀਂ ਅਸੀਂ ਯੂਰਪ ਦੀ ਕਿਉਂ ਪਰਵਾਹ ਕਰੀਏ, ਸਾਡਾ ਆਪਣਾ ਮੁਲਕ ਹੈ, ਸਾਡੀ ਆਪਣੀ ਫੋਰਨ ਪਾਲਿਸੀ ਹੈ। ਔਰ ਇਹੀ ਜਿੱਦਣ 28 ਦੇ ਕਰੀਬ ਨੈਟੋ ਮੁਲਕਾਂ ਦੇ ਨੁਮਾਇੰਦੇ ਵਾਸ਼ਿੰਗਟਨ DC 'ਚ ਸੀ, ਮੋਦੀ ਜਾ ਕੇ ਉੱਥੇ ਪੁਤਿਨ ਨੂੰ ਭਾਲੂ ਦੀ ਤਰ੍ਹਾਂ ਚੰਬੜਿਆ ਹੋਇਆ ਸੀ, ਔਰ ਉਸ ਦਾ ਅਮਰੀਕਾ ਨੇ ਬੜਾ ਗੁੱਸਾ ਮੰਨਿਆ, ਕਿਉਂਕਿ ਨਾ ਯੂਕਰੇਨ ਦੇ ਮੁੱਦੇ 'ਤੇ ਇਹਨੇ ਇੰਡੀਆ ਨੇ ਕਦੇ ਕੰਡੈਮ ਕੀਤਾ ਰਸ਼ੀਆ ਨੂੰ, ਨਾ ਜਿਹੜਾ ਇਸ 'ਤੇ ਕੀਤਾ। ਹੁਣ ਅਮਰੀਕਾ ਨੇ ਇੱਕ ਪਾਸੇ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ, ਇਹ ਨਿਖਿਲ ਗੁਪਤਾ ਔਰ ਇਹਦੇ ਰਾਹੀਂ ਬਾਂਹ ਮਰੋੜੀ ਹੋਈ ਹੈ, ਦੂਸਰੇ ਪਾਸੇ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵਾਸ਼ਿੰਗਟਨ DC 'ਚ ਹੈ, ਇਹਨਾਂ ਨੇ ਸੌਦਾ ਵੇਚਿਆ ਸੀ ਆਤਮ ਨਿਰਭਰ ਭਾਰਤ, ਅਸੀਂ ਤੇਜਸ ਜਹਾਜ਼ ਬਣਾ ਰਹੇ ਹਾਂ ਔਰ ਭਾਰਤ 'ਚ ਹੋਏਗਾ। ਹੁਣ ਉਹ ਸਾਹਮਣੇ ਆਇਆ ਕਿ ਵੀ ਉਹਦੇ ਇੰਜਣ ਤਾਂ ਅਮਰੀਕਾ ਨੇ ਦੇਣੇ ਸੀ ਔਰ ਉਹਨਾਂ ਨੇ ਤਾਂ ਬਾਹਰ ਉਸ ਦਾ ਖੋਲ ਹੀ ਜਿਹੜਾ ਬਣਾਉਣਾ ਸੀ ਔਰ ਇਹ ਕਹਿਣਾ ਸੀ ਜੀ ਭਾਰਤ 'ਚ ਬਣਾਇਆ, ਉਹ ਉਹਨਾਂ ਦੇ ਉੱਥੇ ਉਹਨਾਂ ਨੇ ਜੋ ਇਨਵੈਸਟਮੈਂਟ ਕਰਨੀ ਸੀ ਇੰਡੀਆ ਨੇ ਕਰ ਘੁਰ ਲਈ,
ਅਮਰੀਕਾ ਨੇ ਨਾ ਕਰਤੀ ਜੀ ਤੇਜਸ ਜਹਾਜ਼ ਨਹੀਂ ਦੇਣੇ, ਉਹਦਾ ਇੰਜਣ ਨਹੀਂ ਦੇਣਾ ਅਸੀਂ, ਹੁਣ ਉਹ ਇੱਥੇ ਤਰਲੇ ਕਰਨ ਆਇਆ ਹੋਇਆ। ਹੁਣ ਇਹ ਜਿਹੜੇ ਦੋਨੋਂ ਹੀ ਮੁੱਦੇ, ਯੂਕਰੇਨ ਵਾਲਾ ਵੀ ਔਰ ਸਿੱਖ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਸਿੱਖਾਂ ਦੇ ਖਿਲਾਫ਼, ਇਸ ਮੁੱਦੇ 'ਤੇ ਅਮਰੀਕਾ ਨੇ ਇੱਕ ਤਾਂ ਹੁੰਦਾ ਬਾਂਹ ਮਰੋੜੀ, ਇੱਕ ਹੁੰਦਾ ਧੌਣ 'ਤੇ ਗੋਡਾ ਰੱਖਿਆ। ਹੁਣ ਬਾਂਹ ਮਰੋੜ ਕੇ ਜਦੋਂ ਧੌਣ 'ਤੇ ਗੋਡਾ ਰੱਖਿਆ, ਅਤੇ ਜਿਹਦੇ ਕਦੇ ਗੋਡਾ ਰੱਖਿਆ ਹੋਇਆ ਧੌਣ 'ਤੇ, ਉਹਦੀਆਂ ਤੁਸੀਂ ਚੀਕਾਂ ਵੱਜਦੀਆਂ ਸੁਣੋ, ਫਿਰ ਕਿਵੇਂ ਹੁੰਦਾ? ਸੋ ਹੁਣ ਆ ਜਿਹੜੀ ਸਾਰੀ ਕਹਾਣੀ ਮੈਂ ਇੰਨੀ ਬੈਕਗਰਾਊਂਡ ਦਿੱਤੀ ਹੈ ਕਿ ਉਹ ਮੋਦੀ ਜਾਂ ਕੋਈ ਵੀ ਭਾਰਤ ਦਾ ਪ੍ਰਾਈਮ ਮਿਨਿਸਟਰ ਜਦੋਂ ਦਾ ਯੂਕਰੇਨ ਹੋਣ 'ਚ ਆਇਆ 1990 ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਕਦੇ ਯੂਕਰੇਨ ਦੇ ਦੌਰੇ 'ਤੇ ਨਹੀਂ ਗਿਆ। ਔਰ ਹੁਣ ਉਦੋਂ ਮੋਦੀ ਯੂਕਰੇਨ ਦੇ ਦੌਰੇ 'ਤੇ ਜਾ ਰਿਹਾ ਜਦੋਂ ਕਿ ਆਲਰੇਡੀ ਯੂਕਰੇਨ ਨੇ ਰਸ਼ੀਅਨ ਟੈਰੀਟਰੀ ਦੇ ਵਿੱਚ ਐਡਵਾਂਸ ਕਰਕੇ ਜਿਹੜਾ ਏਰੀਆ ਰਸ਼ੀਆ ਦਾ ਉਹਦੇ 'ਤੇ ਆਪਣਾ ਕਬਜ਼ਾ ਕੀਤਾ। ਔਰ ਇਹਨਾਂ ਇੱਕ ਦੋ ਦਿਨਾਂ 'ਚ, ਹੁਣ ਜਿੱਦਣ ਮੋਦੀ ਪੁਤਿਨ ਦੀ ਬੁੱਕਲ 'ਚ ਬੈਠਾ ਸੀ, ਉਦਣ ਉਹਨਾਂ ਨੇ ਕੀਵ ਦੇ ਹਸਪਤਾਲਾਂ 'ਤੇ ਔਰ ਬੱਚਿਆਂ ਦੇ ਨੂੰ ਵੀ ਮਰਡਰ ਕੀਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆ ਇੱਕ ਅੱਧੇ ਦਿਨ 'ਚ ਰਸ਼ੀਆ ਜਿਹੜਾ ਕਾਊਂਟਰ ਅਟੈਕ ਕਰ ਸਕਦਾ ਜਦੋਂ ਮੋਦੀ ਉੱਥੇ ਬੈਠਾ ਹੋਏ। ਔਰ ਇਹ ਸਾਰਾ ਜਿਹੜਾ ਅਚਾਨਕ ਜਿਹੜਾ ਇਹ ਦੋ ਰੋਜ਼ਾ ਦੌਰਾ, ਪੋਲੈਂਡ ਵੀ ਨਾਲ ਜੋੜ ਲਿਆ ਜਿੱਥੇ ਪਹਿਲਾਂ ਮੈਂ ਨਹੀਂ ਗਿਆ ਹੈ, ਹੁਣ ਇਸ ਨੂੰ ਲੈ ਕੇ ਜਿਹੜਾ ਪਹਿਲਾਂ ਤਾਂ ਇਹ ਆਇਆ ਜੀ ਹੈਡ ਆਫ ਯੂਕਰੇਨ ਵਿਜ਼ਿਟ, ਪੀਐਮ ਮੋਦੀ ਸੇਜ਼ ਇੰਡੀਆ ਸਪੋਰਟਸ ਪੀਸ ਇਨ ਦਿਸ ਰੀਜਨ, ਕਿ ਜੀ ਅਸੀਂ ਇਸ ਖਿੱਤੇ ਦੇ ਵਿੱਚ ਅਮਨ ਦੇ ਹਾਮੀ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਇਹ ਦੌਰਾ ਕਿਵੇਂ ਅੰਡਰ US ਪ੍ਰੈਸ਼ਰ ਕੀਤਾ ਜਾ ਰਿਹਾ, US ਨੂੰ ਪਲੀਜ਼ ਕਰਨ ਲਈ ਕੀਤਾ ਜਾ ਰਿਹਾ। ਹੁਣ ਇੱਕ ਪੰਜਾਬੀ ਹਿੰਦੂ ਰਿਚਰਡ ਵਰਮਾ ਜਿਹੜਾ ਕਿ ਕ੍ਰਿਸਚਨ ਕਨਵਰਟ ਹੋ ਗਿਆ ਸੀ, ਇਹ ਅਮਰੀਕਾ ਦਾ ਐਂਬੈਸਡਰ ਵੀ ਰਿਹਾ ਇੰਡੀਆ ਦੇ ਵਿੱਚ, ਹੁਣ ਉਹ US ਡਿਪਟੀ ਸੈਕਟਰੀ ਆਫ ਸਟੇਟ ਹੈ ਔਰ ਉਹ ਭਾਰਤ ਦੇ ਵਿੱਚ ਨੇਪਾਲ ਔਰ ਭਾਰਤ, ਕਿਉਂਕਿ ਪਿਛਲੇ ਹਫ਼ਤੇ ਹੀ ਉਸ ਨੂੰ ਉਹਨਾਂ ਨੇ ਯੂਕਰੇਨ ਦੇ ਵਿੱਚ ਜਿਹੜੀ ਜਿਹੜਾ US ਸਪੈਸ਼ਲ ਰਿਪ੍ਰੈਜੈਂਟੇਟਿਵ ਫਾਰ ਯੂਕਰੇਨਸ ਇਕਨੋਮਿਕ ਰਿਕਵਰੀ, ਇਹ US ਦੀ ਆਰਥਿਕਤਾ ਨੂੰ ਇਹਨਾਂ ਉਹਦੀ ਯੂਕਰੇਨ ਦੀ ਆਰਥਿਕਤਾ ਨੂੰ ਕਿਵੇਂ ਬਹਾਲ ਕਰਨਾ, ਇਸ ਮਹਿਕਮੇ ਦਾ ਇੰਚਾਰਜ ਬਣਾਇਆ, ਇੰਡੀਆ 'ਚ ਐਂਬੈਸਡਰ ਹੈ, ਜਲੰਧਰ ਨਾਲ ਇਹਦਾ ਸੰਬੰਧ ਰਿਹਾ ਔਰ ਇਹ ਉੱਥੇ ਹੈ। ਹੁਣ ਇੱਧਰ ਮੋਦੀ ਜਦੋਂ ਜਾਣ ਦਾ ਫੈਸਲਾ ਕਰਦਾ, ਇਹਨਾਂ ਦੀ ਮੀਡੀਆ ਹੀ ਖਬਰ ਲਾ ਰਿਹਾ, ਸੁਹਾਸਨੀ ਹੈਦਰ ਨੇ ਇਹ ਸਟੋਰੀ ਕੀਤੀ ਹੈ, ਡਿਲਾਈਟਡ ਬਾਈ ਮੋਦੀਜ਼ ਵਿਜ਼ਿਟ ਟੂ ਕੀਵ ਸੇ ਸੀਨੀਅਰ US ਆਫੀਸ਼ੀਅਲ ਇੰਚਾਰਜ ਆਫ ਯੂਕਰੇਨ ਰਿਕਵਰੀ। ਉਹਨੇ ਕਿਹਾ ਜੀ ਅਸੀਂ ਬਹੁਤ ਖੁਸ਼ ਹਾਂ, ਕੀਵ ਰਾਜਧਾਨੀ ਹੈ ਯੂਕਰੇਨ ਦੀ, ਕਿ ਇਹ ਜਿਹੜਾ ਉੱਧਰ ਗਿਆ ਔਰ ਉਸ 'ਚ ਉਹਨੇ ਲੰਬੀ ਚੌੜੀ ਉਹਦੀ ਸਟੇਟਮੈਂਟ ਹੈ, ਆਈ ਐਮ ਡਿਲਾਈਟਡ ਅਬਾਊਟ ਦਿਸ ਵਿਜ਼ਿਟ ਐਂਡ ਆਈ ਥਿੰਕ ਇਟ ਇਜ਼ ਐਨ ਇੰਪੋਰਟੈਂਟ ਵਿਜ਼ਿਟ ਦਾ ਯੂਨਾਈਟਿਡ ਸਟੇਟਸ ਐਂਡ ਇੰਡੀਆ। ਇਹ ਇੱਕ ਸੈਮੀਨਾਰ 'ਚ ਬੋਲਦੇ ਹਾਂ, ਉਹਨੇ ਕਿਹਾ ਕਿ ਵੀ ਸਾਨੂੰ, ਅਸੀਂ ਸਮਝਦੇ ਹਾਂ ਕਿ ਵੀ ਭਾਵੇਂ ਰਸ਼ੀਆ ਦੇ ਨਾਲ ਇੰਡੀਆ ਦੀ ਲੌਂਗ ਟਰਮ ਰਿਲੇਸ਼ਨਸ਼ਿਪ ਰਹੀ ਹੈ, ਪਰ ਇਸ ਵੇਲੇ ਬਟ ਦਿਸ ਇਜ਼ ਵੈਰੀ ਕੌਨਸੀਕੁਐਂਸ਼ਲ ਪੀਰੀਅਡ ਫਾਰ ਦਾ ਡਿਫੈਂਸ ਆਫ ਲਿਬਰਟੀ ਫਰੀਡਮ ਐਂਡ ਦਾ ਰੂਲ ਆਫ ਦਾ ਲਾਅ, ਕਿ ਰਸ਼ੀਆ ਇਹਨਾਂ ਸਾਰਿਆਂ ਨੂੰ ਵਾਇਲੇਟ ਕਰ ਰਿਹਾ। ਇਸ ਲਈ ਇਹ ਬੜਾ ਜ਼ਰੂਰੀ ਸੀ ਕਿ ਮੋਦੀ ਉੱਥੇ ਜਾਂਦਾ ਔਰ ਹੀ ਲੁੱਕਸ ਫੋਰਵਰਡ ਟੂ ਦਾ ਆਊਟਕਮ, ਕਿ ਬਈ ਇਹ ਹੁਣ ਵਰਮਾ ਉੱਥੇ ਬੈਠਾ ਇੰਡੀਆ 'ਚ ਕਰ ਰਿਹਾ ਅਤੇ ਮੋਦੀ ਜਿਹੜਾ ਉੱਥੇ ਬੈਠਾ। ਸੋ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਹੁਣ ਇਹ ਜਿਹੜੇ ਸਾਨ ਸੀ, ਇਹ ਗਊ ਦੇ ਜਾਏ ਬਣੇ ਹੋਏ ਨੇ। ਹੁਣ ਅਗਲਾ ਸਟੈਪ ਕੀ ਹੋਏਗਾ ਉਹ ਫਿਰ ਜਿਉਂ ਜਿਉਂ ਇਹ ਗਊ ਦਾ ਜਾਇਆ ਜਿਹੜਾ ਇਹ ਹੈ ਤਾਂ ਵੈਸੇ ਵੀ ਮੂਤ ਪੀਣੇ ਨੇ, ਔਰ ਅੱਗੋਂ ਕੀ ਕਰਦੇ ਨੇ ਫਿਰ ਉਸ ਦੇ ਉੱਤੇ ਅਸੀਂ ਗੱਲ ਕਰਾਂਗੇ ਜਦੋਂ
ਯੂਕਰੇਨ ਵਿਜ਼ਿਟ ਉਹਦੀ ਮੁਕੰਮਲ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਨ ਬ੍ਰੇਕ ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀ ਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀ ਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀ ਵੀ 84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-0137 Avenue ਲੌਂਗ ਆਈਲੈਂਡ ਸਿਟੀ ਨਿਊਯੋਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv 'ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਪੱਪੇ ਤੋਂ ਬਾਅਦ।